ਕਰਦੇ ਹੋਏ ਇੱਥੇ ਪਹੁੰਚੇ ਨੇ ਸਾਡੇ ਤੋਂ ਦੇਖੋ ਸਾਡੇ ਤੋਂ ਪਾਣੀ ਦੀ ਪੁਛਾਰਾਂ ਕੀਤੀ ਗਈਆਂ ਨੇ ਇੱਕ ਅਧਿਆਪਕ ਦਿਵਸ ਦੇ ਤੌਰ 'ਤੇ ਠੀਕ ਹੈ ਅੱਜ ਟੀਚਰ ਵਾਲੇ ਡੇ ਵਾਲੇ ਦਿਨ ਕਿੱਥੇ ਸਾਨੂੰ ਸਨਮਾਨਿਤ ਕਰਨਾ ਸੀ ਇਹ ਸਰਕਾਰਾਂ ਸਾਨੂੰ ਡਾਂਗਾਂ ਅਤੇ ਪਾਣੀ ਦੀਆਂ ਪਛਾੜਾਂ ਨਾਲ ਸਨਮਾਨਿਤ ਕਰ ਰਹੀਆਂ ਨੇ ਆਪਣਾ ਮੇਰਾ ਹਰਪ੍ਰੀਤਪਾਲ ਸਿੰਘ ਹੈ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਪ੍ਰਦਰਸ਼ਨ ਕਰਨ ਦੇ ਲਈ ਆਏ ਸੀ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਤਾਂ ਦੇਖੋ 11 ਸਾਲ ਹੋ ਗਏ ਸਾਨੂੰ ਇਹੀ ਭੁਗਤੇ ਹੋਏ 2011 ਵਿੱਚ ਸਾਨੂੰ ਰੈਗੂਲਰ ਕਰਨ ਦੀ ਦਿੱਤਾ ਗਿਆ ਸੀ ਪਰ ਅੱਜ ਤੱਕ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਰੈਗੂਲਰ ਕਰਨ ਦੇ ਬਾਵਜੂਦ ਵੀ ਠੀਕ ਹੈ ਨਾ ਸਾਨੂੰ ਪੇ ਕਮਿਸ਼ਨ ਮਿਲਿਆ ਨਾ ਸਾਨੂੰ ਰੈਗੂਲਰ ਕੀਤਾ ਗਿਆ ਅਸੀਂ ਇਹੀ ਆਸ ਕਰਦੇ ਹਾਂ ਭਗਵੰਤ ਮਾਨ ਸਰਕਾਰ ਤੋਂ ਵੀ ਸਾਨੂੰ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਸਾਨੂੰ ਪੇ ਪ੍ਰਾਪਤ ਕੀਤਾ ਜਾਵੇ ਹਾਂਜੀ ਇਹੀ ਕਹਿਣਾ ਚਾਹੁੰਦੇ ਦੇਖੋ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਆਪ ਇੱਕ ਟੀਚਰ ਦੇ ਪੁੱਤ ਨੇ ਠੀਕ ਹੈ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਜਿਹੜੇ ਆ ਇੱਥੇ ਧਰਨੇ ਵਿੱਚ ਆਏ ਨੇ ਉਹਨਾਂ ਦਾ ਕੀ ਦੁੱਖ ਹੈ ਇੰਨੇ ਅਸੀਂ ਇੰਨੀ ਦੂਰੋਂ ਆਏ ਨੇ ਇੰਨਾ ਤਸ਼ੱਦਦ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਡੇ ਤੋਂ ਦੇਖੋ ਸਾਡੇ ਤੋਂ ਪਾਣੀ ਦੀ ਪੁਛਾਰਾਂ ਕੀਤੀ ਗਈਆਂ ਨੇ ਇੱਕ ਅਧਿਆਪਕ ਦਿਵਸ ਦੇ ਤੌਰ 'ਤੇ ਠੀਕ ਹੈ ਸਾਨੂੰ ਇਹ ਬੈਨੀਫਿਟ ਦਿੱਤਾ ਜਾ ਰਿਹਾ ਅੱਗੇ ਤਾਂ ਇਹੀ ਹੈ ਵੀ ਅਸੀਂ ਉੱਥੇ ਜਾਵਾਂਗੇ ਅਸੀਂ ਆਪਣੀ ਗੱਲਾਂ ਮੂਹਰੇ ਰੱਖਾਂਗੇ ਸਰਕਾਰ ਦੇ ਮੂਹਰੇ ਦੇਖੋ ਕੀ ਹੱਲ ਕਰਦੇ ਨੇ ਉਹਨਾਂ ਦੇ ਬੱਚੇ ਮਨਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਜੀ ਘੁਬਾਇਆ ਕਿਵੇਂ ਦੇਖਦੇ ਹੋ ਕਿ ਅੱਜ ਟੀਚਰ ਡੇ ਵਾਲੇ ਦਿਨ ਤੁਸੀਂ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਹੋਗੇ ਕੀ ਕਹਿਣਾ ਚਾਹੋਗੇ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਸਰਕਾਰਾਂ ਦੇ ਕੰਮ ਅੱਜ ਟੀਚਰ ਵਾਲੇ ਡੇ ਵਾਲੇ ਦਿਨ ਕਿੱਥੇ ਸਾਨੂੰ ਸਨਮਾਨਿਤ ਕਰਨਾ ਸੀ ਇਹ ਸਰਕਾਰਾਂ ਸਾਨੂੰ ਡਾਂਗਾਂ ਅਤੇ ਪਾਣੀ ਦੀਆਂ ਵਿਛਾੜਾਂ ਨਾਲ ਸਨਮਾਨਿਤ ਕਰ ਰਹੀਆਂ ਨੇ ਭਗਵੰਤ ਮਾਨ ਜੀ ਜਿਹੜੇ ਕਿ ਹੁਸ਼ਿਆਰਪੁਰ ਚਲੇ ਗਏ ਅਧਿਆਪਕਾਂ ਨੂੰ ਸਨਮਾਨਿਤ ਕਰਨ ਅਤੇ ਆਪਣੇ ਪੁਲਿਸ ਵਾਲੇ ਇੱਥੇ ਲਾ ਗਏ ਸਾਨੂੰ ਸਨਮਾਨਿਤ ਕਰਨ ਵਾਸਤੇ ਅਸੀਂ 19 ਸਾਲਾਂ ਤੋਂ ਦਰ ਦਰ ਦੇ ਭਟਕਦੇ ਫਿਰਦੇ ਹਾਂ ਇਹ ਸਰਕਾਰ ਨੇ ਤਾਂ ਸਾਡੀ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ ਲਗਭਗ 50 ਮੀਟਿੰਗਾਂ ਦੇ ਕੇ ਵੀ ਸਾਨੂੰ ਅੱਜ ਤੱਕ CM ਨੇ ਮੀਟਿੰਗ ਨਹੀਂ ਕੀਤੀ ਇਹ ਬਹੁਤ ਮਾੜੀਆਂ ਘਟਨਾਵਾਂ ਨੇ ਜੀ ਸਰਕਾਰਾਂ ਵਾਸਤੇ ਜਦੋਂ ਤੁਸੀਂ ਸਾਡੇ ਨਾਲ ਮੀਟਿੰਗਾਂ ਕਹਿ ਰਹੇ ਹੋ ਤਾਂ ਕਮ ਸੇ ਕਮ ਸਾਡੇ ਨਾਲ ਮੀਟਿੰਗ ਤਾਂ ਕਰੋ ਉੱਧਰੋਂ ਕਹਿੰਦੇ ਹੋ ਉੱਧਰ ਸੋਸ਼ਲ ਮੀਡੀਆ 'ਤੇ ਪਾਉਂਦੇ ਹੋ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਹਾਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਤੁਹਾਡੀਆਂ ਸਾਰੀਆਂ ਗੱਲਾਂ ਜਾਇਜ਼ ਨੇ ਪਰ ਸਾਨੂੰ ਮਿਲਣ ਤੋਂ ਕਿਉਂ ਕਤਰਾਉਂਦੇ ਜੀ ਜੇ ਸਾਡੀਆਂ ਮੰਗਾਂ ਜਾਇਜ਼ ਨੇ ਤੁਸੀਂ ਕਹਿ ਰਹੇ ਹੋ ਪੁਲਿਸ ਕਹਿ ਰਹੀ ਹੈ ਕਿ ਮੀਟਿੰਗ ਆਲਰੇਡੀ ਤੁਹਾਨੂੰ 11 ਵਜੇ ਦੀ ਮਿਲ ਚੁੱਕੀ ਹੈ ਤੁਸੀਂ ਪ੍ਰਦਰਸ਼ਨ ਕਰਨ ਦਾ ਮਤਲਬ ਕਿਸੇ ਪ੍ਰਧਾਨਗੀ ਨੂੰ ਲੈ ਕੇ ਹੈਗਾ ਕੀ ਪ੍ਰਧਾਨ ਬਦਲਿਆ ਕਿਸ ਨੂੰ ਲੈ ਕੇ ਆਉਂਦਾ ਕਿਸੇ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਜੀ ਇੱਥੇ ਜਿੰਨੇ ਵੀ ਕੰਪਿਊਟਰ ਟੀਚਰ ਆਏ ਨੇ ਜਿੰਨੀਆਂ ਵੀ ਡਿਸਟ੍ਰਿਕਾਂ ਦੇ ਆਏ ਨੇ ਕੋਈ ਪ੍ਰਧਾਨ ਦੇ ਮੂੰਹ ਨੂੰ ਨਹੀਂ ਆਇਆ ਕੋਈ ਕਿਸੇ ਲੀਡਰ ਦੇ ਮੂੰਹ ਨੂੰ ਨਹੀਂ ਆਇਆ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਆਇਆ ਜੀ ਸਾਨੂੰ ਇਹੀ ਡਰ ਹੈ ਤੁਸੀਂ ਕਹਿ ਰਹੇ ਹੋ 11 ਦੀ ਮੀਟਿੰਗ ਦਿੱਤੀ ਹੋਈ ਹੈ ਸਾਨੂੰ ਪਿਛਲੇ ਤਜਰਬੇ ਤੋਂ ਇਹੀ ਡਰ ਹੈ ਕਿ 11 ਦੀ ਮੀਟਿੰਗ ਤੋਂ ਵੀ ਇਹਨਾਂ ਨੇ ਮੁਕਰਨਾ ਹੈ ਅਸੀਂ ਇਸ ਕਰਕੇ ਆਪਦਾ ਐਜੀਟੇਸ਼ਨ ਕਰ ਰਹੇ ਹਾਂ ਕਿ ਸਾਨੂੰ 11 ਤਰੀਕ ਨੂੰ ਨੋਟੀਫਿਕੇਸ਼ਨ ਹੀ ਦਿੱਤਾ ਜਾਵੇ ਹਰ ਵਾਰ ਦੀ ਤਰ੍ਹਾਂ ਲਾਰੇ ਲੱਪੇ ਨਾ ਲਾਏ ਜਾਣ